ਇਨਸ਼ਾਅੱਲਾ ਰੋਡ ਤਿਆਰ ਅਸੀਂ ਫਿਰ ਬਿਹਤਰ ਹੋਏ ਸੀ ਵਾਮ ਫਿਰ ਜੀ ਆਪਣੀ ਕੰਸਟਰਕਸ਼ਨ ਵਗੈਰਾ ਕਰ ਸੀ ਜਿਹੜੀ ਥੋੜ੍ਹਾ ਵਰਕਰ ਨੇ ਰਾਹ ਸ਼ਾਹ ਬਣਾਉਣੇ ਦੁਕਾਨਾਂ ਜੀ ਜਾਣੇ ਨੇ ਐਂ ਤਾਂ ਕਿਸੇ ਕਹਿੰਦੇ ਜੀ ਰਾਤ ਕਿਸੇ ਖੱਡੇ ਬੰਨੇ ਹੋਏ ਰੋਡਾਂ ਦੇ ਵਿਚਕਾਰ ਸਾਰਾ ਖਾਕਾ ਵਗੈਰਾ ਇੱਥੇ ਰੁੜੀ ਗਿਆ ਜੀ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਮੈਂ ਜੀ ਅਵੈਸ ਇਕਬਾਲ ਸਤਕੀਰੋ ਜੀ ਆਪਣਾ ਯੂਟਿਊਬ ਚੈਨਲ, ਮੈਂ ਉਮੀਦ ਕਰਨਾ ਸਾਰੇ ਠੀਕ ਠਾਕ ਹੋ ਸਰ ਜੀ, ਅੱਲਾ ਪਾਕ ਸਿੰਘ ਆਪਣੇ ਜਮਾਨ ਹੀ ਰੱਖਿਆ। ਆਦਰ ਜੀ ਰੋਡ ਨੇ ਇੱਕ ਨਵੀਂ ਵੀਡੀਓ ਨਾਲ ਸ਼ਾਹਰਾ ਕਸ਼ਮੀਰ ਯਾਨੀ ਕਸ਼ਮੀਰ ਰੋਡ ਢਡਿਆਲ ਤੱਕ ਸੀ ਜਿਹੜੀ ਰੋਡ ਬਣੀ ਵੀ ਉਸਨੇ ਅਪਡੇਟ ਨਾਲ ਇਸ ਵਕਤ ਜੀ ਖਲਤਾ ਵਾਂ ਜੀ ਰਕਮ ਡਿਵਾਈਡ ਹੋਣਾ ਦੋ ਠੇਕੇਦਾਰਾਂ ਨਾਲ ਉਸ ਪੁੱਲ ਹੈ ਅੰਬਰਸਰ ਸੁਭਾਸ਼ ਸ਼ਾਹ ਤਾਂ ਇੱਥੋਂ ਕਿਹਾ ਜੀ ਪਿੱਛੇ ਜੀ ਹੈ ਜੀ ਸਰ ਸੁਭਾਸ਼ ਸ਼ਾਹ ਸੁਕਲਰ ਸੇਨਾ ਜੀ ਦੋਵੇਂ ਠੇਕੇਦਾਰ ਨਾਲ ਕੰਮ ਆ, ਹੁਣ ਸਰ ਸੁਭਾਸ਼ ਸ਼ਾਹ ਤੋਂ ਕਹਿੰਦੇ ਜਾ ਰਹੇ ਜੀ ਅਸਾਂ ਇੱਕ ਹੋਰ ਠੇਕੇਦਾਰ ਨਾਲ ਕੰਮ ਆ ਜਿਹੜਾ ਬਹੁਤ ਮਾੜਾ ਕੰਮ ਆ ਤਾਂ ਇੱਦਾਂ ਕਿਸੇ ਕਹਿੰਦੇ ਜੀ ਕਹਿ ਸੁਰਤ ਆ ਲਈ ਗਿਆ ਇਸ ਸਾਈਡ ਰੋਡਾ ਪੱਥਰ ਹੀ ਪੱਥਰ ਆ ਬੇਜਰ ਖਾਕਾ ਪੈਣੇ ਜੋਗਾ। ਖੈਰ ਉਹ ਅੱਗੇ ਸਾਹਮਣੇ ਨਜ਼ਰ ਰੱਖਣਾ ਸੀ ਸਾਂ ਕਿ ਠੋਕ ਗਿਆ ਜੀ ਦੁਬਾਰਾ ਖਾਕਾ ਵਗੈਰਾ ਪਿਆ ਬੇਜਰ ਵਗੈਰਾ ਪਿਆ ਕੁਝ ਬਿਹਤਰੀ ਰੋਡ ਹੈ ਸੁਰਤ ਆ ਜੀ ਠੋਕ ਗਿਆ ਬਿਹਤਰੀ ਤਾਂ ਕਿਸੇ ਕਹਿੰਦੇ ਜੀ ਬਾਰਿਸ਼ਾਂ ਹੋਈਆਂ ਬਾਰਿਸ਼ਾਂ ਸਾਰਾ ਜੀ ਆਪਣੂੰ ਖਾਕਾ ਵਗੈਰਾ ਰੂੜੀ ਜੁੱਲਾ ਰਿਹਾ ਗਿਆ ਸਾਡਾ ਇੱਧਰ ਠੀਕ ਹੁਣ ਤਾਂ ਫਿਰ ਖਾਕਾ ਵਗੈਰਾ ਬਣਾ ਪਿਆ ਸੀ ਪੈਸੇ ਕਹਿੰਦਾ ਬੇਜਰ ਵੀ ਦੁਬਾਰਾ ਬਾਈ ਇੱਕ ਲੇਅਰ ਫਿਰ ਲਾਉਣ ਤਾਂ ਇਸ ਸਾਈਡ ਜੀ ਥੋੜ੍ਹੀ ਜਿਹੀ ਕਾਰਪੇਟ ਕੀਤੀ ਗਈ ਹੈਗਾ ਉਹ ਸ਼ਹਾਕੀ ਸੁੱਕਣੀ ਤਾਂ ਪੰਡੋਲਾ ਵਾਲਾ ਤਾਂ ਬਾਦਲ ਏਰੀਏ ਜੀ ਹਾਂ ਤਾਂ ਬਾਕੀ ਕੋਈ ਖਾਸ ਕਾਰਪੇਟ ਨਹੀਂ ਕੀਤੀ ਗਈ ਤਾਂ ਇਸ ਚਲੋ ਇਸ ਵੀਡੀਓ 'ਚ ਦੱਸਾਂ ਜੀ ਸਰ ਸੁਭਾਸ਼ਾ ਬਾਜ਼ਾਰ 'ਚ ਕਹਿ ਸਕਦੇ ਆ ਲਈ ਥੋੜ੍ਹਾ ਬਾਜ਼ਾਰ 'ਚ ਦੱਸਦੇ ਹਾਂ ਪਹਿਲੇ ਵੀ ਕਈ ਵਾਰ ਦੱਸੀ ਰਿਹਾ ਲੇਕਿਨ ਕੋਸ਼ਿਸ਼ ਕਰਦਾ ਇਸ ਵਾਰੀ ਜੀ ਬਹੁਤ ਟਾਈਮ ਹੋ ਗਿਆ ਇਸ ਸਾਈਡ ਨਾਲ ਰਮਜ਼ਾਨ 'ਚ ਖਾਸ ਤੌਰ ਉੱਪਰ ਇਸ ਸਾਈਡ ਚੱਕਰ ਹੀ ਕੋਈ ਨਹੀਂ ਲਗਾ ਤਾਂ ਹੁਣ ਅਸੀਂ ਜੋ ਲਿਆ ਸਰ ਸੁਭਾਸ਼ਾ ਬਾਜ਼ਾਰ 'ਚ ਤਾਂ ਇਸ ਵੀਡੀਓ 'ਚ ਬਾਜ਼ਾਰ ਹੀ ਦੱਸਾਂ ਗੁਣ ਚੱਲਾ ਬਾਜ਼ਾਰ ਫਿਰ ਮੋੜ ਸਾਂ ਇੱਦਾਂ ਕਿਸੇ ਕਹਿੰਦੇ ਬਾਜ਼ਾਰ ਸ਼ੁਰੂ ਹੋਣਾ ਜੀ ਅਤੇ ਉਸ ਪਹਿਲੇ ਮਾਰਬਲ ਫੈਕਟਰੀ ਹੈ ਜੀ ਨਾਲ ਇੱਥੇ ਹੋਟਲ ਆ ਸਰਵਿਸ ਸਟੇਸ਼ਨ ਵਗੈਰਾ ਇੱਥੇ ਸ਼ੁਰੂ ਹੋਣੇ ਇਹ ਮਾਰਬਲ ਫੈਕਟਰੀ ਹੈ ਜੀ ਕਲਰ ਸਾਈਡੋਂ ਸਰ ਸੁਭਾਸ਼ਾ ਸੈਂਟਰ ਹੋਇਆ ਤਾਂ ਕੁਝ ਹਾਲਾਤ ਖੱਡੇ ਬਣੀ ਗਏ ਜੀ ਸਾਰਾ ਬੇਜਰ ਸੀ ਰੂੜੀ ਜੁੱਲਾ ਰਿਹਾ ਬਹੁਤ ਮਾਰੇ ਲਾ ਰਹੇ ਜੀ ਅੱਛਾ ਕਰੋ ਫਿਰ ਬਾਜ਼ਾਰਾਂ 'ਚ ਚੱਕਣੇ ਆ ਬਾਜ਼ਾਰਾਂ 'ਚ ਕਿਆ ਹਾਲਾਤ ਹੈ ਅਲਬਤਾ ਬਾਜ਼ਾਰਾਂ 'ਚ ਪਹਿਲਾਂ ਜੀ ਬਹੁਤ ਮਾੜੇ ਹਾਲਾਤ ਹੋਈ ਗਏ ਬਹੁਤ ਜਾਂ ਪਰ ਜੀ ਬਿਲਕੁਲ ਵੇਜਰ ਗਾਇਬ ਹੋਇਆ ਵਾਰ ਬੜਾ ਕੰਮ ਆ ਇੱਥੇ ਜੀ ਠੇਕੇਦਾਰ ਨਾਲ ਬੜਾ ਕੰਮ ਵਧੀ ਗਿਆ ਕਾਰਪੇਟ ਲੇਟ ਹੋਣੇ ਨੂੰ ਵਜ੍ਹਾ ਤੋਂ ਹੁਣ ਤੱਕ ਜੀ ਵੈਸੇ ਹੀ ਸੁਣਿਆ ਜੀ ਇਸ ਸਾਈਡ ਦਾ ਠੇਕੇਦਾਰ ਜੀ ਸੋ ਕੰਮ ਕੰਟਰੈਕਟ ਕੈਂਸਲ ਹੋਇਆ ਜਾਂ ਕਿਆ ਚੱਕਰ ਆ ਇਸ ਸਾਈਡ 'ਚ ਵੈਸੇ ਹੀ ਬਹੁਤ ਟਾਈਮ ਹੋਈ ਗਿਆ ਕੰਮ ਹਮਕੋ ਨਹੀਂ ਹੋਣਾ ਪਿਆ ਜੀ ਦਾਨ ਗਲੀ ਦਾ ਸਰ ਸੁਭਾਸ਼ਾ ਅਲਬਤਾ ਕਲਰ ਸਹੀ ਦਾ ਸਰ ਸੁਭਾਸ਼ਾ ਕੋਈ ਕੁਝ ਨਾ ਕੁਝ ਕੰਮ ਜੀ ਲਗਾਈ ਵਾ ਹੁਣ ਫੁੱਲਾਂ ਨੂੰ ਖਾਸ ਕੰਮ ਲਗਾ ਵਾ ਈਦ ਸ਼ੁਭ ਪਹਿਲਾਂ ਜੀ ਬਿਲਕੁਲ ਇੱਕ ਦੋ ਰੋਜ਼ ਪਹਿਲਾਂ ਵੀ ਕੰਮ ਲਗਾ ਰਿਹਾ ਮੋੜਾ ਲੰਗੜਿਆਲ ਸਾਈਡ ਤੁਹਾਨੂੰ ਦੱਸਿਆ ਕਰਨੇ ਵੀਡੀਓ ਦੇਖੀ ਚੈਨਲ ਪਰ ਅਪਲੋਡ ਹੀ ਰੱਖੀ ਸਕਦੇ ਹੋ ਜੀ ਈਦ ਸ਼ੁਭ ਪਹਿਲੇ ਨਿੱਕਾ ਸੁਰ ਤਿਆਲ ਸੀ ਹੁਣ ਵੀ ਚੰਦ ਦਿਨ ਪਹਿਲੇ ਕੁਝ ਵੀਡੀਓ ਅਪਲੋਡ ਕੀਤੀਆਂ ਉੱਥੇ ਨਹੀਂ ਤਾਂ ਸਰ ਸੁਭਾਸ਼ਾ ਬਾਜ਼ਾਰ 'ਚ ਅਸੀਂ ਇੰਟਰ ਹੋਈ ਗਿਆ ਜੀ ਸ਼ਾਹਰਾ ਕਸ਼ਮੀਰ ਜੀ ਅਸੀਂ ਆਉਣੇ ਸ਼ਾਹਰਾ ਕਸ਼ਮੀਰ ਉੱਪਰ ਸਰ ਸੁਭਾਸ਼ਾ ਬਾਜ਼ਾਰ ਜਿੰਨਾ ਬਣਦਾ ਵਾ ਸੰਗੀ ਦੱਸਾਂ ਜੀ ਰਾਈਟ ਲੈਫਟ ਰੱਖੀ ਸਕਦੇ ਹੋ ਜੀ ਕਾਫੀ ਜ਼ਿਆਦਾ ਮਾਰਕੀਟਾਂ ਵਗੈਰਾ ਬੰਠੀਆਂ ਇੱਥੇ ਹੀ ਬੜਾ ਰਸ਼ ਹੋਣਾ ਜੀ ਸਰ ਸੁਭਾਸ਼ਾ ਬਾਜ਼ਾਰ 'ਚ ਵੀ ਅੱਗੇ ਪਿੱਛੇ ਸਾਨੂੰ ਤੱਕ ਸਕਣਾ ਜੀ ਬਿਹਤਰੀਨ ਬਾਜ਼ਾਰ ਬੰਠਾ ਵਾ ਇਹ ਅੱਡਾ ਆ ਜੀ ਕੋਈ ਸਬਜ਼ੀ ਦੁਕਾਨ ਹੋਈ ਬਾਕੀ ਗੱਡੀਆਂ ਅੱਡਾ ਆ ਜੀ ਇਹ ਤਾਂ ਕਿਸੇ ਕੋਲੋਂ ਗੱਡੀਆਂ ਖਲਦੀਆਂ ਹੋਈਆਂ ਜੀ ਇਹ ਸਬਜ਼ੀ ਆ ਰਹੀ ਜੀ ਮੰਡੀ ਤੋਂ ਸਬਜ਼ੀ ਦੁਕਾਨ ਬੜਾ ਬਿਹਤਰੀਨ ਬੰਠਾ ਰੋਡ ਇਨਸ਼ਾਅੱਲਾ ਬਣ ਸੀ ਰੋਡ ਸੁਭਾਸ਼ ਜੀ ਸਰ ਸੁਭਾਸ਼ਾ ਬਾਜ਼ਾਰ ਇਨਸ਼ਾਅੱਲਾ ਹੋਰ ਖੂਬਸੂਰਤ ਹੋਈ ਗਿਆ ਸੀ
ਉਹ ਅੰਦਰ ਹੀ ਮਾਰਕੀਟ ਹੀ ਅੱਡ ਆ ਜੀ, ਇੱਧਰ ਵੀ ਇੱਧਰ ਵੀ ਹੁਣ ਪਾਣੀ ਖਲਦਾ ਵੈਸੇ ਅੱਡਾ ਖੱਬੀ ਸਾਈਡ ਆ, ਪੈਟਰੋਲ ਪੰਪ ਆ ਜੀ PS1 ਨਾ ਇੱਥੇ ਕਲਰ ਨੂੰ ਅਗਰ ਛੋੜ ਆਖਰੀ ਪੈਟਰੋਲ ਪੰਪ ਜੀ, ਪ੍ਰੋਪਰ ਪੈਟਰੋਲ ਪੰਪ ਜੀ ਸਿਆਣੇ ਉਹ ਆਇਆ, ਅਲਬਤ ਥੋੜ੍ਹੀਆਂ ਬਹੁਤ ਏਜੰਸੀਆਂ ਥਈਆਂ ਹੋਈਆਂ ਜੀ। ਇੱਧਰ ਹੀ ਬੈਂਕ ਵਗੈਰਾ ਇੱਥੇ ਜੀ, ਇਹ PSO ਪੈਟਰੋਲ ਪੰਪ ਜੀ ਗੱਲ ਕਰਨਾ ਸਾ ਜੀ। ਹੁਣ ਜਾ ਰਹੇ ਜੀ ਅਸਾਂ ਅੱਗੇ ਦਨਗਰੀ ਵਾਲੀ ਸਾਈਡ, ਕਸ਼ਮੀਰ ਵਾਲੀ ਸਾਈਡ ਜਾਣੇ ਪਏ ਸਰ, ਤੋਂ ਬੱਚਾ ਬਾਜ਼ਾਰ 'ਚੋਂ ਨਿਕਲੇ ਤਾਂ ਇਹ ਚਲੋ ਉਹ ਘੁੰਮਾਉਂਦੇ ਹਾਂ ਦੁਬਾਰਾ ਅਸੀਂ ਬਾਜ਼ਾਰ ਫੇਰਨੇ ਹਾਂ, ਫਿਰ ਦੱਸਦੇ ਹਾਂ ਜੀ ਡੇਲੀ ਸਾਈਡ ਬਾਜ਼ਾਰ ਦਾ ਕਿਆ ਵਿਊ ਆ, ਕਿਆ ਸੂਰਤ ਹਾਲ ਹੀ। ਇਹ ਚੈੱਕ ਕਰੋ ਜੀ ਇੱਧਰੋਂ ਵੀ ਜਿੱਥੇ ਉਤਰਾਈ ਵਗੈਰਾ ਲਾਈ ਵਗੈਰਾ ਆ, ਉੱਥੇ ਹਾਕਾ ਜਾ ਕੇ ਸਾਰਾ ਪਾਣੀ ਰਾਹ ਬਣਾਇਆ, ਪਾਣੀ ਹਾਕਾ ਸਾਰਾ ਰੂੜੀ ਜੁਲਾ ਰਿਹਾ। ਇਹ ਲਾਈ ਲਾਈ ਫਿਰ ਮੋੜਨੇ ਹਾਂ ਜੀ ਅੱਗੋਂ ਉਹ ਬੋਨੂੰ, ਉਹ ਸਾਹਮਣੇ ਜੀ ਵਿਊ ਚੈੱਕ ਕਰੋ ਜੀ, ਕਣਕਾਂ ਨਾਲ ਸਾਹਮਣੇ ਘਰਾਂ ਨਾਲ ਮਾਸ਼ਾਅੱਲਾ ਬੜਾ ਹੀ ਪਿਆਰਾ ਵਿਊ, ਬੜਾ ਜ਼ਬਰਦਸਤ ਵਿਊ ਜੀ ਸਾਈਡ ਵੀ। ਉਹ ਸਾਹਮਣੇ ਜੀ ਪਾਰ ਟਿੱਕੀ ਆਸਾਨ ਆ ਜੀ, ਛੋਟਾ ਜਿਹਾ ਪਹਾੜ ਤੱਕ ਵਿਊ ਸਾਹਮਣੇ ਬੜਾ ਪਿਆਰਾ ਮਾਸ਼ਾਅੱਲਾ। ਮੋੜਨੇ ਜੀ ਮੋਟਰਸਾਈਕਲ ਹੁਣ ਫਿਰ ਜੋਲੇ ਸਰ ਤੋਂ ਬੱਚਾ ਬਾਜ਼ਾਰ ਦੱਸਦੇ ਹਾਂ। ਹੁਣ ਜੀ ਅਸੀਂ ਖੜ੍ਹ ਸਾਂ ਇੱਧਰੋਂ ਵਾਪਸ, ਅਗਰ ਕਸ਼ਮੀਰ ਵਾਲੀ ਸਾਈਡ ਉੱਚਰ ਜੂਈ ਸਰ ਤੋਂ ਬੱਚਾ ਬਾਜ਼ਾਰ 'ਚ ਇੰਟਰ ਹੋਇਓ, ਕੈ ਵਿਊ ਆ ਜੀ। ਇੱਥੋਂ ਹੀ ਬਾਜ਼ਾਰ ਤਕਰੀਬਨ ਸ਼ੁਰੂ ਹੋਣਾ ਭਾਅ, ਸ਼ੁਰੂ ਕੋਈ ਵੈਲਡਿੰਗ ਨਹੀਂ ਦੁਕਾਨ ਆਈਆਂ ਹੁਣ ਅੱਗੇ ਜੋਲੇ ਉੱਠੋਂ ਕੀ। ਇਹ ਚੈੱਕ ਕਰੋ ਜੀ ਰਸ਼ ਡਰਾਈਵਿੰਗ, ਬਾਜ਼ਾਰ ਤੱਕੋ ਕਿਆ ਤੁਸੀਂ ਡਰਾਈਵਿੰਗ ਤੱਕੋ, ਬਸ ਇਹ ਲਗਾ ਹੋਇਆ ਜੀ ਰੋਡਾਂ ਪਰ ਹੀ ਆ ਜੀ। ਹੁਣ ਇਹਨੇ ਰੋਡ ਬਣੀ ਗਈ ਕਾਰਪੋਰੇਟ, ਅਤੇ ਇਹਨਾਂ ਨੇ ਸਬਰ ਹੀ ਨਹੀਂ ਕਰਨਾ। ਸਭ ਸਰ ਤੋਂ ਬਾਦਸ਼ਾਹ ਬਾਜ਼ਾਰ ਜਦੋਂ ਤੱਕ ਹੀ ਸਕਣੇ ਵਿਊ, ਹੁਣ ਤੋਰ ਚੰਗੀ ਪੱਲੀ ਉਠਾ ਲਈ ਗਈ ਜੀ ਗੱਡੀ ਗਈ, ਉਹ ਤੱਕ ਪੂਰੇ ਬਾਜ਼ਾਰ ਹੈ ਜੀ। ਇਹ ਬਾਜ਼ਾਰ ਇਤਨੀ ਸਪੀਡ ਜੀ ਬੜੀ ਖਤਰਨਾਕ ਹੀ। ਇਹ ਤਾਂ ਕਿ ਸਕਣੇ ਸਰ ਤੋਂ ਬਾਦਸ਼ਾਹ ਬਾਜ਼ਾਰ ਜੀ, ਬਾਕੀ ਅੰਦਰੋਂ ਵੀ ਬੜਾ ਬਾਜ਼ਾਰ ਆ ਜੀ, ਮਾਰਕੀਟਾਂ ਚੰਗੀ ਪੱਲੇ ਬੜੀਆਂ ਬਣਦੀਆਂ ਵੀ ਆ। ਅਲਬਤਾ ਇਸ਼ਾਰਾ ਕਸ਼ਮੀਰ ਵਿੱਚ ਬਾਜ਼ਾਰ ਇਸ ਟਾਈਮ ਦੱਸਣੇ ਪਏ ਜੀ, ਕਿਆ ਸੁਰਤ ਹਾਲ ਹੀ ਬਾਜ਼ਾਰ ਨਹੀਂ ਰੋਡ ਪੜ ਰਹੇ ਨੇ ਸਾਡਾਂ ਪਰ ਜੀ, ਇਸ ਬਾਜ਼ਾਰਾਂ 'ਚ ਬੜਾ ਫਰਕ ਪਿਆ ਮਾਣਨ ਦਾ ਦੇ, ਕਿ ਪਾਣੀ ਖਲਦਾ ਹੋਇਆ ਸਾਡਾਂ ਪਰ ਜੀ, ਖੱਡੇ ਬਣੀ ਗਏ ਨਹੀਂ ਗਏ। ਵੈਸੇ ਬਾਜ਼ਾਰ ਚੰਗਾ ਪਲਾ ਜੀ, ਖੂਬਸੂਰਤ ਸਾਫ਼ ਪਹਿਲੇ ਵੀ, ਇਨਸ਼ਾਅੱਲਾ ਰੋਡ ਤਿਆਰ ਸੀ ਫਿਰ ਬਿਹਤਰ ਹੋਏਗਾ ਸੀ ਵਾਮ, ਫਿਰ ਜੀ ਆਪਣੀ ਕੰਸਟਰਕਸ਼ਨ ਵਗੈਰਾ ਕਰ ਸੀ ਜਿਹੜੀ ਥੋੜ੍ਹਾ ਬਹੁਤ ਕਰਨੀ, ਰਾਹ ਸ਼ਾਹ ਬਣਾਉਣੇ, ਦੁਕਾਨਾਂ 'ਚ ਜਾਣੇ ਨੇ ਦੂਏ ਤ੍ਰੀਏ ਮਾਮਲਾਟ। ਅੱਡਾ ਜੀ ਸੱਜੀ ਸਾਈਡ ਸਰਸ ਬਾਦਸ਼ਾਹ ਬਾਜ਼ਾਰ ਜੀ, ਡਡਿਆਲ ਵਾਲੀ ਸਾਈਡ ਉੱਛੋ ਜੀ, ਸਰਸ ਬੜਾ ਬਾਜ਼ਾਰ ਜੀ। ਇੱਕ ਮੇਰੇ ਦਾਦੇ ਜੀ ਦਾਨਗੱਲੀ ਵਾਲੀ ਸਾਈਡ ਉੱਛੋ, ਪਹਿਲਾਂ ਬੜਾ ਬਾਜ਼ਾਰ ਹੀ ਆ ਇਸ ਜੀ, ਫਿਰ ਅੱਗੇ ਤੋਂ ਛੋਟੇ ਬਾਜ਼ਾਰ ਥੇ ਹੋਵੇ ਜੀ ਚੋਹਾ ਖਾਲਸਾ ਆ, ਲੇਕਿਨ ਫਿਰ ਅੱਗੇ ਜੀ ਕਲਰ ਸਾਈਡਾਂ ਜੀ ਬੜਾ ਬਾਜ਼ਾਰ ਆ, ਇੱਧਰ ਵੀ ਚੰਗਾ ਵਾਲਾ ਬਾਜ਼ਾਰ, ਇੱਧਰ ਵੀ ਚੰਗਾ ਭਲਾ ਬਾਜ਼ਾਰ ਬਾਹਰ ਥਿਆ ਜੀ। ਸਾਰਾ ਕਸ਼ਮੀਰ ਉੱਪਰ ਜਿੱਤਣਾ ਅੰਦਰ ਮਾਰਕੀਟਾਂ ਚੰਗੀ ਪੱਲੇ ਬਣਦੀਆਂ ਜੀ, ਇਨਸ਼ਾਅੱਲਾ ਫਿਰ ਕੁਰਾ ਪਹਿਲਾਂ ਵੀ ਬੋਰ ਗਿਆ ਹੀ ਰਿਹਾ, ਕੁਰਾ ਕੋਸ਼ਿਸ਼ ਕਰਦਾ ਜੀ ਪੂਰੇ ਬਾਜ਼ਾਰ ਡਿਟੇਲ ਵੀਡੀਓ ਬਣਾਈ ਹੈ। ਇੱਥੇ ਵੀ ਕੋਈ ਸਾਡਾ ਦੀਵਾਰਾਂ ਪਰ ਜੀ ਕੋਈ ਮੇਜ਼ਰਮੈਂਟ ਲਿਖੀ ਵੀ ਜੀ 39.2 ਮੇਰੇ ਖਿਆਲ ਚੌੜਾਈ ਕਰਸਾਂ ਜਿਤਨੀ ਰੋਡ ਨਹੀਂ ਉਹ ਲਿਖੀ ਵੀ ਕੈਸ ਮਾਮਲਾ, ਅਤੇ ਬਾਕੀ ਵਿਊ ਚੈੱਕ ਕਰੋ ਜੀ ਇੱਧਰੋਂ ਕਣਕਾਂ ਨਾਲ ਕੋਈ ਦਿਹਾੜੇ ਬਾਅਦ ਜੀ ਮੈਰੇ ਬਿਲਕੁਲ ਖਾਲੀ ਹੋ ਸਣ ਜੀ, ਇਨਸ਼ਾਅੱਲਾ ਕਣਕਾਂ ਨੂੰ ਕਟਾਈ ਸ਼ੁਰੂ ਹੋਣੀ ਹਫ਼ਤਾ 10 ਦਿਹਾੜੀ ਲੱਗਣੇ ਜੀ, ਬਿਲਕੁਲ ਲੋਕਾਂ ਨੇ ਖੇਤ ਬਾੜੀਆਂ ਜਿਹੜੀਆਂ ਬਿਲਕੁਲ ਸਾਫ਼ ਹੋ ਜਾਣੇ। ਇਹ ਤੱਕ ਸਕਣੇ ਜੀ ਰਾਤ ਕਿਸੇ ਖੱਡੇ ਬੰਦੇ ਹੋਏ ਰੋਡਾਂ ਦੇ ਵਿਚਕਾਰ, ਸਾਰਾ ਖਾਕਾ ਵਗੈਰਾ ਇੱਥੇ ਰੁੜੀ ਗਿਆ ਜੀ,
ਅਤੇ ਉਸਦੀ ਵਜ੍ਹਾ ਤੋਂ ਬਿਲਕੁਲ ਬੇਜਰ ਸਾਹਮਣੇ ਹੋਇਆ ਵਾ। ਅੱਗੇ ਵੀ ਸੁਰਤ ਹਾਲ ਬਹੁਤ ਜਗ੍ਹਾ ਹੀ ਆ ਜੀ ਹੈ, ਇਹ ਸਾਡਾ ਬਹੁਤ ਜਾਈ ਖਾਕਾ ਵਾਰਾ ਉੱਡਰੀ ਗਿਆ ਵਾ, ਸਾਰਾ ਰੁੜੀ ਗਿਆ ਵਾ, ਬੇਜਰ ਬਿਲਕੁਲ ਸਾਹਮਣੇ ਆ ਜੀ। ਬਾਕੀ ਜੇ ਸੱਕਣ ਕਰ ਨਜ਼ਾਰੇ ਚੈੱਕ ਕਰੋ, ਇਹ ਨਜ਼ਾਰੇ 'ਚ ਕੁਝ ਬਹੁਤ ਹੋਇਆ, ਹਫ਼ਤਾ 10 ਜੜੇ ਰਹਿਣੇ ਉਹਨੇ, ਫਿਰ ਬਿਲਕੁਲ ਸਫਾਇਆ ਹੋ ਜਾਣਾ ਇੱਕਦਮ ਜੀ। ਇਹ ਰੱਖੋ ਜੀ, ਤਾਂ ਫਿਰ ਦੁਬਾਰਾ ਇਹ ਸਾਡਾ ਖੱਡੇ ਬਣਦੇ ਪਏ ਜੀ, ਬਿਲਕੁਲ ਪ੍ਰੋਪਰ ਖੱਡੇ ਬਣ ਗਏ ਜੀ। ਬਾਰਿਸ਼ਾਂ ਨਾਲ ਚੰਗਾ ਬੜਾ ਨੁਕਸਾਨ ਹੋ ਗਿਆ ਜੀ ਇੱਥੇ, ਹੁਣ ਠੇਕੇਦਾਰਾਂ ਨੇ ਕੰਮ ਵਧੀ ਗਿਆ, ਤਾਂ ਆਵਾਮ ਵੀ ਪਰੇਸ਼ਾਨੀ ਹੋਏਗੀ ਥੋੜ੍ਹੀ ਜਿਹੀ, ਕਿਉਂਕਿ ਮੁਸ਼ਕਲ ਹੋ ਜਾਣਾ ਡਰਾਈਵ ਕਰਨਾ ਇੱਥੇ। ਇਹ ਰੱਖੋ ਇੱਥੇ ਵੀ ਸਰਸੋਂ ਬਸ਼ਾ ਬਾਜ਼ਾਰ ਦਾ ਖਤਮ ਹੋਣਾ ਪਿਆ ਜੀ, ਉਧਰੋਂ ਕਰ ਰਹੇ ਸਾਡੇ ਉੱਥੇ ਤਾਂ ਉਹ ਸ਼ੁਰੂ ਹੋਣਾ ਪਿਆ ਜਿੱਥੇ ਜੀ ਮੁਹੰਮਦ ਅਬੂਬਕਰ ਕੈਫੇ ਨਜ਼ਦੀਕ ਜੀ, ਮਾਰਬਲ ਫੈਕਟਰੀ ਨਜ਼ਦੀਕ। ਖਾਕੇ ਜਾ ਕੇ ਨਾ ਨਿਸ਼ਾਨ ਹੀ ਕੋਨੇ 'ਚ, ਵਾਹ ਹੋ ਜਾਣਿਆ ਇਹ ਸਪੀਡ ਹੋਣੀ ਜੀ, ਫਿਰ ਟਹਿਣੇ ਫਿਰ ਆਉਣੇ ਜੀ। ਅੱਲਾ ਜਿਹੜਾ ਮੁਸੀਬਤ ਆਈ ਸੀ ਟਈ ਪਿਆ ਫਲਾਂ ਫਲਾਂ ਫਲਾਂ, ਇਤਿਹਾਤ ਕਰੋ ਜੀ, ਆਪ ਵੀ ਬਚੋ ਦੂਏ ਕੀ ਬਚਾਓ। ਇਹ ਰੱਖੋ ਜੀ, ਫਿਰ ਖੱਡੇ ਬਣਦੇ ਵੇ ਸਰਸ ਬਸ਼ਾ 'ਚ ਗੁਜ਼ਰਨੇ ਪਿਆ ਜੀ। ਕਣਕਾਂ ਤਕਰੀਬਨ ਜੀ 90-95% ਜੀ ਪੂਰੇ ਇਲਾਕੇ 'ਚ ਕਣਕਾਂ ਤਿਆਰ ਹੀ ਆ, ਕਟਾਈ ਮਰਿਆ ਰੇਡੀ ਆ, ਸਿਰਫ ਮੌਸਮ ਨੂੰ ਇਜਾਜ਼ਤ ਦੇਣਾ ਪਿਆ ਜੀ ਕਿ ਕਟਾਈ ਸ਼ੁਰੂ ਹੋਇਆ। ਜਿਸ ਟਾਈਮ ਕਟਾਈ ਸ਼ੁਰੂ ਹੋਣੀ ਟੱਕਾ ਵਾਰੀ ਫਿਰ ਜੀ ਹਰ ਪਾਸੇ ਕਟਾਈ ਸ਼ੁਰੂ ਹੋਈ ਪੈਣੀ। ਹੁਣ ਜਾ ਰਹੇ ਜੀ ਸਾਨੂੰ ਅੱਗੇ ਭੁੱਲਾ ਸਰ ਤੋਂ ਪਿਛਾ ਬਾਜ਼ਾਰ 'ਚ ਗੁਜ਼ਾਰਸ ਕਰੋ, ਅੱਗੇ ਜਿਹੜੀ ਵੀਡੀਓ ਮੈਂ ਸ਼ੁਰੂ ਕੀਤੀ ਸੀ ਉੱਥੇ ਮੁੜੀ ਆਏ ਹਾਂ ਅਸਾਂ। ਇਹ ਪੁੱਲ ਜੀ ਸਮਝੀ ਕੋਲੋਂ ਡਿਵਾਈਡ ਕਰਨਾ ਪਿਆ ਜਦੋਂ ਠੇਕੇਦਾਰਾਂ ਨਾਲ ਕੰਮ, ਕਿਉਂਕਿ ਜਿਹੜੀ 22-25 ਕਿਲੋਮੀਟਰ ਰੋਡ ਹੀ ਹੈ ਲਈ, ਅਤੇ ਦੋ ਠੇਕੇਦਾਰ ਬਣਾਉਣੇ ਪਏ ਜੀ, ਇੱਕ ਬਣਾਉਣਾ ਪਿਆ ਜੀ ਸਰਸੋਂ ਬਾਦਸ਼ਾਹ ਤਾਂ ਕਲਰ ਸਹੀਦਾਂ, ਦੂਆ ਸਰਸੋਂ ਬਾਦਸ਼ਾਹ ਤਾਂ ਦਾਨ ਗਲੀ। ਅੱਛਾ ਜੀ ਹਾਂ ਜੀ, ਦਾਨ ਗਲੀ ਸੁੱਕਣੀ ਅੱਛਾ ਜੀ ਹਾਂ, ਸਰਸੋਂ ਬਾਦਸ਼ਾਹ ਜੀ ਠੇਕੇਦਾਰਾਂ ਦਾ ਕੰਮ ਖਤਮ ਹੋਣਾ। ਐਜਿਸਟਰਿੰਗ ਵਗੈਰਾ ਵੀ ਇਸਦੀ ਉੱਪਰ ਪਈ ਵੀ ਇੱਥੇ ਸਾਡਾ ਉੱਪਰ, ਤਾਂ ਕਿ ਸਕਣ ਇਸ ਪੁੱਲਾਂ ਨਾ ਕੰਮ ਜੀ ਬਹੁਤ ਅਰਸਾ ਆਈ ਗਿਆ ਇੱਥੇ ਹੀ ਰੁਕਿਆ ਵਾ, ਇਤਨਾ ਹੀ ਬੰਦਾ ਤਾਂ ਮੁੜੀ ਦੁਬਾਰਾ ਕੰਮ ਸ਼ੁਰੂ ਨਹੀਂ ਹੋਇਆ। ਹਾਂ ਤਾਂ ਕਿਸੇ ਕੋਲ ਦੂਜੀ ਸਾਈਡ ਬੰਦੀ ਵੀ, ਲੇਕਿਨ ਪੜ੍ਹਾਈ ਵਗੈਰਾ ਨਹੀਂ ਕੀਤੀ ਕਿ ਪੜ੍ਹਾਈ ਸਿਰਫ ਇੱਕ ਸਾਈਡ ਉੱਪਰ ਹੋਈ ਵੀ। ਪੁੱਲ ਪਾਰ ਕਰੋ ਜੀ, ਅੱਗੇ ਦੂਏ ਠੇਕੇਦਾਰ ਨਾਲ ਕੰਮ ਸ਼ੁਰੂ ਨਹੀਂ ਪੈਣਾ। ਇਹ ਪੁੱਲ ਵੀ ਜੀ ਕਲਰ ਵਾਲੇ ਠੇਕੇਦਾਰ ਨੇ ਅੰਡਰ ਰਹਿਣਾ, ਜਿਹੜਾ ਸਰਸੋਂ ਬਾਦਸ਼ਾਹ ਤੋਂ ਲੈ ਕੇ ਇਸ ਪੁੱਲ ਤੋਂ ਲੈ ਕੇ ਅੱਗੇ ਕਲਰ ਸਿਰਾਂ ਦਾ ਰੋਡ ਬਣਾਉਣਾ ਪਿਆ, ਰਹਿ ਗਿਆ ਰੋਡ ਉਸਨੇ ਅੰਡਰ ਹੀ, ਬਿਹਤਰ ਕੰਮ ਕਰਨਾ ਪਿਆ ਜੀ ਇਹ ਠੇਕੇਦਾਰ। ਆਪਣਾ ਪਿਛਲਾ ਠੇਕੇਦਾਰ ਜਿਹੜਾ ਜੀ ਸਰਸੋਂ ਬਾਦਸ਼ਾਹ ਦਾਨ ਗਲੀ ਜੀ ਬਣਾਉਣਾ ਪਿਆ, ਬਹੁਤ ਸਲੋ ਜੀ, ਹੁਣ ਤੁਸੀਂ ਮੇਰਾ ਖਿਆਲ ਉਸ ਨਾਲ ਸਸਪੈਂਡ ਹੋਈ ਗਿਆ, ਮੇਰਾ ਖਿਆਲ ਕੰਟਰੈਕਟ ਵੀ ਡਾਲੇ, ਕੋਈ ਐਗਜੈਕਟ ਮਲੂਮਾਤ ਨਹੀਂ, ਇਨਸ਼ਾਲਾ ਕੋਈ ਲੇਬਰ ਵਗੈਰਾ ਐਸੀ ਕੋਈ ਬੰਦੇ ਐਸਾ ਇਹਨਾਂ ਨੇ ਫਿਰ ਕੋਈ ਮਾਮਲਾਤ ਕਿਣ ਸਾਂ, ਮਲੂਮਾਤ ਜਿਹੜੀ ਲੱਭੀ ਇੱਥੋਂ ਤੁਹਾਨੂੰ ਨਾਲ ਸ਼ੇਅਰ ਕਰ ਸਾਂ। ਡਡਿਆਲੇ ਗੱਡੀਆਂ ਚੱਕ ਕਰੀ ਸਕਣੇ ਜੀ, ਆ ਰਹੀਆਂ ਅਤੇ ਜਾ ਰਹੀਆਂ, ਉਹ ਚੱਕ ਕਰੀ ਸਕਣੇ ਜੀ ਅੱਗੇ ਵੈਪਰ ਆ ਰਿਹਾ ਜੀ ਕਣਕਾਂ ਕੱਪੜਿਆਂ ਵਾਲਾ, ਆ ਜਾ ਕਰੋ ਜੀ। ਹਾਂ ਜੀ, ਵੀਡੀਓ ਕਾਫੀ ਲੰਬੀ ਹੋ ਗਈ ਸੀ, ਵੀਡੀਓ ਕਰਨੇ ਆ ਖਤਮ, ਉਮੀਦ ਕਰ ਰਹੇ ਸੀ ਵੀਡੀਓ ਚੰਗੀ ਲੱਗੀ ਹੋਈ ਸੀ। ਸਰਸੋਂ ਬਾਦਸ਼ਾਹ ਬਾਜ਼ਾਰ ਨੇ ਰਹਿਣ ਵਾਲੇ ਜਿਹੜੀ ਦੋਸਤ ਤੇ ਵੀਡੀਓ ਲਾਜ਼ਮੀ ਲਾਈਕ ਕਰਿਆ, ਔਰ ਅਗਰ ਵੀਡੀਓ ਪਸੰਦ ਆਈ ਵੀਡੀਓ ਲਾਈਕ ਕਰੀ ਛੋੜੋ, ਅਗਰ ਸਾਡੇ ਚੈਨਲ ਪਰ ਨਵੇਂ ਵਾਲੇ ਚੈਨਲ ਕੀ ਲਾਜ਼ਮੀ ਸਬਸਕ੍ਰਾਈਬ ਕਰਿਆ, ਔਰ ਜਿਹੜੇ ਦੋਸਤ ਵੀਡੀਓ ਲਾਈਕ ਕਰਨੇ ਕਮੈਂਟ ਕਰਨੇ ਉਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ, ਸਾਡੀ ਹੌਸਲਾ ਅਫਜ਼ਾਈ ਕਰਨੇ ਨਾਲ, ਤਾਂ ਸਬਰ ਹੋ ਜਾਣਿਓ, ਤਾਂ ਇਨਸ਼ਾਅੱਲਾ ਜੀ ਤੁਸੀਂ ਮਿਲ ਸਾਂ ਅਗਲੀ ਵੀਡੀਓ 'ਚ, ਜੀ ਆਪਣਾ ਬਹੁਤ ਸਾਰਾ ਖਿਆਲ ਰੱਖਿਆ, ਅਸੀਂ ਦੁਆ ਯਾਦ ਰੱਖਿਆ ਹੈ। ਅੱਲਾ ਹਾਫਿਜ਼।